हाय एवरीवन, आई होप तुसी सारे बहुत वधिया अपना इंजॉय कर रहे हो जो भी थोड़ा वीकेंड चल रहा है। तो अज मैं एक नवी वीडियो ते नवी इन्फॉर्मेशन दे नाल तुहाडे नाल आई हाँ। तो अज मेरे नाल हैगे ने दो जने होर जुड़े ने जेडे अपनी शेयर करना चाहते ने जर्नी के कैनेडा वो पहुँचे ने इंडिया तो एज ए स्टूडेंट आए थे तो हूँ वर्क परमिट तक लै चुके हैं। तो आप उन्होंने पूछते हैं हूँ तक का उन्होंने एक्सपीरियंस कैनेडा का किदा रहा, उन्होंने कैनेडा लोंग टर्म जो रहना चाहते हैं ज नहीं रहना चाहते, तो जोड़े नवे न्यू कमर्स आना चाहते हैं उन्होंने इतने आना चाहिए है ज नहीं आना चाहिए। तो फिर आप वेट वैसे कि चीज़ की कर रहे हैं शुरू कर लिए। हाँ जी, तो थोड़ा ना की मेरा नाम प्रभजोत। तो प्रभजोत तुम इंडिया तो कितों? मैं बरनाले तो। तुसी बरनाले तो, ठीक है, दैट्स नाइस। तो तुसी मैनू ये दसो किन्ने साल हो गए थानू इंडिया तो आया? मैनू दो साल हो गए। थानू दो साल हो गए, तो एज ए तुसी स्टूडेंट आए थे कैनेडा में? हां जी, स्टूडेंट वीजा। ठीक है, तो तुसी मैनू ये दसो, तुसी मैनू दसना चाहते हो तुसी भी इंडिया तो आए हो? हां जी, दैट्स नाइस। तो थोड़ा नाम की है? सुखप्रीत। सुखप्रीत, तुसी इकट्ठे इंडिया तो आए हो? हां जी, दोनों जने। ऑलमोस्ट। ठीक है, तो तुसी मैनू ये दसो थोड़ा खर्चा किन्ना आया इंडिया विच, पढ़ाई तो ले लो, एजेंट नू किन्ना देना पिया, किन्ना टोटल इंडिया तुसी जदो शुरुआत कीती उदों थोनू किन्ना पे करना पिया? आम टोटल खर्चा तुसी ला लो 22 लाख लग गया, लाइक 22 लाख का 17000 पे कीता है ना, तो टोटल सारा खर्चा 22 दे नियर सीगा। 22 दे नियर सीगा। ते तुसी हुण इत्थे अपनी स्टडी पूरी कर ली है, पर जेड़े तुसी सब्जेक्ट चूज कीते सीगे ਹੁਣ ਵਰਕ ਪਰਮਿਟ ਲੈਣ ਵਿੱਚ ਉਹ ਕੋਈ ਜ਼ਿਆਦਾ ਹੈਲਪਫੁਲ ਨਹੀਂ ਸੀਗੇ? ਨਹੀਂ, ਨਾਟ ਰੀਅਲੀ। ਬਿਲਕੁਲ ਵੀ। ਸੋ ਤੁਸੀਂ ਆਪਾਂ ਕਹਿ ਸਕਦੇ ਜਿਹੜੇ ਤੁਸੀਂ ਉਹ ਸਬਜੈਕਟ ਚੂਜ਼ ਕੀਤੇ ਸੀ ਉਹ ਸਿਰਫ ਆਪਾਂ ਕੈਨੇਡਾ ਆਉਣ ਲਈ ਕੀਤੇ ਨੇ? ਕੈਨੇਡਾ ਦਾ ਰਸਤਾ ਸੀਗਾ ਉਹਦੇ ਵਿੱਚ ਆਪਣਾ, ਕੋਈ ਇਦਾਂ ਨਹੀਂ ਕਿ ਆਪਣਾ ਫਿਊਚਰ ਉਹਦੇ ਨਾਲ ਕੋਈ ਆਪਣੇ ਫਿਊਚਰ ਕਰੀਅਰ ਵਗੈਰਾ ਉਹਦੇ ਨਾਲ ਬਣ ਜੂਗਾ ਉਹਦਾ ਕੋਈ ਕੰਸਰਨ ਨਹੀਂ ਸੀਗਾ। ਠੀਕ ਹੈ, ਇਹ ਗੱਲ ਹੋ ਗਈ। ਦੂਜੀ, ਮੈਨੂੰ ਤੁਸੀਂ ਹੁਣ ਇਹ ਦੱਸੋ ਤੁਹਾਨੂੰ, ਤੁਸੀਂ ਹੋਏ ਹੋ ਮੂਵ ਸਰੀ ਤੋਂ? ਹਾਂਜੀ। ਕਿਹੜੀ ਇਦਾਂ ਦੀ ਚੀਜ਼ ਹੈ ਕਿ ਤੁਹਾਨੂੰ ਸਰੀ ਤੋਂ ਸਕੁਆਮਿਸ਼ ਮੂਵ ਹੋਣਾ ਪਿਆ, ਜਾਂ ਕਾਫੀ ਲੋਕਾਂ ਦਾ ਮੈਂ ਸੁਣਿਆ ਉਹ ਵੈਨਕੂਵਰ ਮੂਵ ਹੁੰਦੇ ਨੇ ਜਾਂ ਹੋਰ ਛੋਟੇ ਛੋਟੇ ਸ਼ਹਿਰਾਂ ਵਿੱਚ ਮੂਵ ਹੋ ਰਹੇ ਨੇ? ਸਰੀ ਚ ਕੰਮ ਨਹੀਂ ਹੈਗਾ? ਕੰਮ ਨਹੀਂ, ਬਿਲਕੁਲ ਵੀ ਨਹੀਂ, ਕੰਮ ਬਿਲਕੁਲ ਨਹੀਂ ਹੈਗਾ। ਤੇ ਜੇ ਕੰਮ ਉੱਥੇ ਮਿਲਦਾ ਏ ਮਿਨੀਮਮ ਵੇਜ ਤੇ ਮਿਲਦਾ ਏ ਜਾਂ ਘੱਟ ਘੰਟੇ ਮਿਲਦੇ ਨੇ? ਸਰੀ ਵਿੱਚ ਮਹਿੰਗਾਈ ਹੋ ਗਈ ਇਸ ਕਰਕੇ ਜੋ ਹੁਣ ਰਿਸੈਸ਼ਨ ਚੱਲ ਰਿਹਾ, ਜਾਂ ਫਿਰ ਉੱਥੇ ਪੋਪੂਲੇਸ਼ਨ ਬਹੁਤ ਹੋ ਚੁੱਕੀ ਹੈ? ਪੋਪੂਲੇਸ਼ਨ ਦਾ ਬਹੁਤ ਫਰਕ ਹੈਗਾ ਹੈ ਨਾ, ਤੇ ਉੱਥੇ ਕਾਫੀ ਸਟੂਡੈਂਟ ਵੀ ਆਪਣੇ ਆਏ ਹੋਏ ਨੇ। ਤੇ ਰੈਂਟ ਵਗੈਰਾ ਉੱਥੇ ਕਿੱਦਾਂ ਹੈ? ਰੈਂਟ ਉੱਥੇ ਸਹੀ ਹੈ ਐਸ ਕੰਪੇਅਰ ਟੂ ਸਕੁਆਮਿਸ਼। ਇਦਾਂ ਲਾਈਕ ਇੱਥੇ ਇੱਕ ਰੂਮ ਦੀ ਬੇਸਮੈਂਟ ਆ ਹਨਾ, ਉਹ ਨੀਅਰ ਅਬਾਊਟ 2100 ਅਸੀਂ ਖੁਦ ਪੇ ਕਰ ਰਹੇ ਹਾਂ ਹਨਾ, ਬਟ ਇਹਦੇ ਕੰਪੈਰੀਜ਼ਨ ਆਪਾਂ ਸਰੀ 'ਚ ਦੇਖੀਏ ਹਨਾ, ਤੁਹਾਨੂੰ ਉਹੀ ਇੱਕ ਪ੍ਰਾਈਵੇਟ ਰੂਮ ਮਿਲ ਜਾਣਾ ਹਨਾ 700-600, ਇੱਦਾਂ ਬਹੁਤ ਫਰਕ ਆ। ਬਹੁਤ ਫਰਕ ਹੈ। ਅਤੇ ਜਦੋਂ ਤੁਸੀਂ ਇੱਥੇ ਹੁਣ ਜੋਬ ਲੱਭੀ ਹੈ ਸਕੁਆਮਿਸ਼ ਵਿੱਚ, ਈਜ਼ੀ ਲੱਭ ਗਈ? ਤੁਹਾਨੂੰ ਕੋਈ ਏਜੰਟ ਤੁਹਾਨੂੰ ਵਿੱਚ ਪਾਉਣਾ ਪਿਆ, ਕਿਸੇ ਨੇ ਤੁਹਾਡੇ ਤੋਂ ਪੈਸੇ ਲਏ, ਇਹ ਤੁਹਾਨੂੰ ਜੋਬ ਕਿੱਦਾਂ ਮਿਲੀ? ਸਰੀ 'ਚ ਬੈਠੇ ਬੈਠੇ ਇੱਥੇ ਜੋਬ ਲੱਭ ਗਈ ਸੀ। ਅਸੀਂ ਇੱਕ ਦਿਨ ਘੁੰਮਣ ਆਏ ਸੀਗੇ, ਅੱਛਾ, ਇੱਦਾਂ ਹੀ ਜੋਬ 'ਤੇ ਅਪਲਾਈ ਕਰ ਗਏ ਅਤੇ ਸਾਨੂੰ ਸਰੀ ਵਿੱਚ ਹੀ ਕਾਲ ਆ ਗਿਆ ਸੀਗਾ। ਸਰੀ ਵਿੱਚ ਕਾਲ ਕਰਕੇ ਜੁਆਇਨ ਕਰ ਸਕਦੇ ਹਾਂ? ਅਤੇ ਤੁਹਾਨੂੰ ਜਿਹੜੀ ਜੋਬ ਮਿਲੀ ਕਿਸੇ ਪੰਜਾਬੀ ਬਿਜ਼ਨਸ ਨਾਲ ਮਿਲੀ ਹੈ ਜਾਂ ਕੋਰੀਅਰ ਨਾਲ ਮਿਲੀ ਆ? ਅਤੇ ਕੋਈ ਉਹਦੇ ਵਿੱਚ ਕੋਈ ਪੈਸੇ ਦਾ ਲੈਣ ਦੇਣ ਨਹੀਂ, ਪਰ ਉਹ ਤੁਹਾਡੀ ਹੈਲਪ ਕਰਨਗੇ ਇਮੀਗ੍ਰੇਸ਼ਨ ਲੈਣ ਵਿੱਚ। ਦੈਟਸ ਰੀਲੀ ਨਾਈਸ, ਕਿਉਂਕਿ ਤੁਸੀਂ ਦੇਖੋ ਅੱਜ ਕੱਲ੍ਹ ਕਿੰਨਾ ਜ਼ਿਆਦਾ ਕਰਪਟ ਹੋਇਆ ਪਿਆ ਇਹ ਸਿਸਟਮ, ਕਿ ਵਿਚਾਰੇ ਬੱਚੇ ਇੱਕ ਤਾਂ ਪਹਿਲਾਂ ਆਪਣੀ ਸਟੱਡੀ ਪੂਰੀ ਕਰਦੇ ਨੇ, ਉਸ ਤੋਂ ਬਾਅਦ ਉਹਨੂੰ ਇਮੀਗ੍ਰੇਸ਼ਨ ਲੈਣ ਦਾ ਇੱਕ ਵੱਡਾ ਸਟੈਪ ਹੁੰਦਾ ਹੈ ਕਿ ਉੱਥੇ ਉਹਨਾਂ ਨੂੰ ਕੋਈ ਮਿਲਦਾ ਨਹੀਂ ਕਿਹੜਾ ਉਹਨਾਂ ਦੀ ਹੈਲਪ ਕਰ ਸਕੇ। ਅਤੇ ਜੇ ਕੋਈ ਮਿਲਦਾ ਵੀ ਹੈ ਏਜੰਟ ਵਗੈਰਾ, ਉਹਨਾਂ ਤੋਂ 20-30 ਹਜ਼ਾਰ ਡਾਲਰ ਲੈ ਲੈਂਦੇ ਹੈ ਕਿ ਨਹੀਂ? ਕਿੰਨਾ ਬੁਰਾ ਹਾਲ ਹੈ, ਮੈਂ ਤਾਂ ਕਾਫੀ ਲੋਕਾਂ ਨੂੰ ਇੱਥੇ ਜਾਣਦੀ ਹਾਂ, ਅਤੇ ਉਹ ਵਿਚਾਰੇ ਇੰਨਾ ਕਹਿੰਦੇ 50-50 ਹਜ਼ਾਰ ਡਾਲਰ ਅਸੀਂ ਦਿੱਤਾ ਹੈ ਅਤੇ LMI ਦਾ, ਅਤੇ ਕੰਮ ਪੂਰਾ ਲੈਂਦੇ ਉਹਨਾਂ ਤੋਂ, ਅਤੇ ਉਸ ਤੋਂ ਇਲਾਵਾ ਤੁਸੀਂ ਇਹ ਛੱਡ ਦਿਓ ਕਿ ਉਹਨਾਂ ਨੂੰ ਹੋਪ ਹੀ ਨਹੀਂ ਕਿ ਸਾਨੂੰ ਇਮੀਗ੍ਰੇਸ਼ਨ ਮਿਲਣੀ ਕਦੋਂ ਹੈ ਕਿ ਨਹੀਂ, ਬਹੁਤ ਜ਼ਿਆਦਾ ਬੁਰਾ ਹਾਲ ਹੈਗਾ ਹੈ। ਅਤੇ ਇਸ ਤੋਂ ਇਲਾਵਾ ਤੁਸੀਂ ਮੈਨੂੰ ਇਹ ਦੱਸੋ, ਜਿਹੜੇ ਆਪਣੇ ਸਰੋਤੇ ਆਪਾਂ ਨੂੰ ਸੁਣ ਰਹੇ ਨੇ ਹੁਣ ਇੰਡੀਆ ਵਿੱਚ ਸਪੈਸ਼ਲੀ ਬੈਠੇ, ਉਹਨਾਂ ਲਈ ਤੁਹਾਡਾ ਕੀ ਮੈਸੇਜ ਹੈ ਕਿ ਕੈਨੇਡਾ ਇਸ ਟਾਈਮ ਆਉਣਾ ਚਾਹੀਦਾ ਹੈ ਜਾਂ ਨਹੀਂ? ਪਿਛਲੇ ਜੇ ਆਪਾਂ 2 ਸਾਲਾਂ ਨੂੰ ਦੇਖਦੇ ਹਾਂ ਇੱਥੇ ਬਹੁਤ ਜ਼ਿਆਦਾ ਬੁਰਾ ਹਾਲ ਹੈ, ਬੁਰਾ ਹਾਲ ਹੈ। ਪਹਿਲਾਂ ਤਾਂ ਕੋਵਿਡ ਸੀਗਾ, ਹੁਣ ਇਨਫਲੇਸ਼ਨ ਆਈ ਹੋਈ ਹੈ, ਅਤੇ ਇਸ ਕਰਕੇ ਜੋਬਸ ਹੈ ਨਹੀਂ, ਬੱਚਿਆਂ ਦੇ ਸਟ੍ਰੈਸ ਬਹੁਤ ਹੈ, ਇੰਨਾ ਜ਼ਿਆਦਾ ਕਰਜ਼ਾ ਲੈ ਕੇ ਆਉਂਦੇ ਆ ਇੱਥੇ। ਅਤੇ ਤੁਹਾਨੂੰ ਲੱਗਦਾ ਕਿ ਇਸ ਟਾਈਮ ਇਹ ਸਹੀ ਮੌਕਾ ਇੱਥੇ ਆਉਣ ਲਈ? ਜੇ ਤਾਂ ਇੰਡੀਆ ਵਧੀਆ ਚੱਲ ਰਿਹਾ ਹੈ, ਸਿਰਫ ਇੱਥੇ 2 ਦਵਾਈਆਂ ਜਦੋਂ ਤੁਸੀਂ ਬਿਮਾਰ ਹੁੰਦੇ ਡਾਕਟਰ ਉਹੀ ਦਿੰਦੇ ਆ, ਉਸ ਤੋਂ ਇਲਾਵਾ ਕੁਛ ਨਹੀਂ ਕਰਦੇ। ਦੈਟਸ ਸੋ ਟਰੂ, ਇੱਕ ਟਾਲਨੋਲ ਦੇ ਦੇਣਗੇ ਤੁਹਾਨੂੰ, ਇੱਕ ਐਡਵਾਂਸ। ਤੁਸੀਂ ਮੰਨੋ, ਮੈਂ ਤਾਂ ਇੰਨੀ, ਮੈਨੂੰ ਫਲੂ ਵਗੈਰਾ ਬਹੁਤ ਹੁੰਦਾ ਹੈ, ਮੈਂ ਹੁਣ ਰੀਸੈਂਟਲੀ ਗਈ ਸੀ ਇੰਡੀਆ,
ਤੇ ਮੈਂ ਉੱਥੋਂ ਇੰਨੀ ਜ਼ਿਆਦਾ ਮੈਡੀਸਨ ਲੈ ਕੇ ਆਈ ਹਾਂ ਸਿਰਫ ਫਲੂ ਲਈ ਹਨਾ ਤੇ ਇੱਥੇ ਦੇ ਜਿਹੜੇ ਡਾਕਟਰ ਨੇ ਤੁਸੀਂ ਉਹਨਾਂ ਕੋਲ ਪਹਿਲਾਂ ਤਾਂ ਜਾਂਦੇ ਹੋ ਤੁਹਾਨੂੰ ਅਪਾਇੰਟਮੈਂਟ ਨਹੀਂ ਦਿੰਦੇ ਨਹੀਂ ਹਾਂਜੀ ਨਹੀਂ ਦਿੰਦੇ ਤੇ ਜਦੋਂ ਫਿਰ ਤੁਹਾਨੂੰ ਅਪਾਇੰਟਮੈਂਟ ਮਿਲ ਜਾਂਦੀ ਹੈ ਉਹ ਕਹਿੰਦੇ ਨੇ ਇਹ ਤਾਂ ਕੋਈ ਵੱਡੀ ਗੱਲ ਹੀ ਨਹੀਂ ਹੈਗੀ ਕੋਈ ਗੱਲ ਨਹੀਂ 4 ਦਿਨ ਵੇਟ ਕਰ 4 ਦਿਨ ਵੇਟ ਕਰ ਉਹ ਬੰਦੇ ਦੀ ਪੂਰੀ ਹਾਲਤ ਖਰਾਬ ਹੀ ਹੁੰਦੀ ਹੈ 4 ਦਿਨਾਂ ਤੇ ਮੈਂ ਜਦੋਂ ਹੁਣ ਇੰਡੀਆ ਗਈ ਹਾਂ ਮੈਂ ਇੰਨੀਆਂ ਮੈਡੀਸਿਨਸ ਲੈ ਕੇ ਆਈ ਹਾਂ ਤੇ ਸਪੈਸ਼ਲੀ ਦੇਖੋ 90% ਤੁਹਾਡੀ ਹੈਲਪ ਉੱਥੇ ਕੈਮਿਸਟ ਕਰ ਦਿੰਦੇ ਕੈਮਿਸਟਰੀ ਕਰ ਦਿੰਦੇ ਨੇ ਹੈ ਕਿ ਨਹੀਂ ਤੁਹਾਨੂੰ ਡਾਕਟਰ ਕੋਲ ਜਾਣ ਦੀ ਲੋੜ ਪੈਂਦੀ ਨਹੀਂ ਹਸਪੀਟਲ ਜਾਣ ਦੀ ਲੋੜ ਨਹੀਂ ਪੈਂਦੀ ਹੈਗੀ ਤੇ ਤੁਸੀਂ ਕਦੀ ਇੱਥੇ ਹਸਪੀਟਲ ਗਏ ਹੋ ਇੱਕ ਪਹਿਲਾਂ ਗਏ ਹਸਪੀਟਲ ਸੀ ਅੱਛਾ ਉੱਥੇ ਲਾਈਕ ਤੁਸੀਂ ਮੰਨੋਗੇ ਰਾਤ ਦੇ 12-1 ਵਜੇ ਗਏ ਆ ਹਨਾ ਤੇ ਕੰਨ ਦੀ ਸੀ ਪ੍ਰੋਬਲਮ ਉੱਥੇ ਗਏ ਘੱਟੋ ਘੱਟ 4 ਘੰਟੇ ਸੀ ਉਦਾਂ ਹੀ ਖੜੇ ਰਹੇ ਕਿਸੇ ਨੇ ਪੁੱਛਿਆ ਵੀ ਨਹੀਂ ਕਿ ਕੀ ਪ੍ਰੋਬਲਮ ਆ ਕਿੱਦਾਂ ਹਨਾ ਬਿਨਾਂ ਦਵਾਈ ਲੈਤੇ ਵਾਪਸ ਆਏ ਬਿਕਾਜ਼ ਖੜੇ ਨਹੀਂ ਸੀ ਜਾ ਰਹੇ ਇੰਨੀ ਪ੍ਰੋਬਲਮ ਘਰੇ ਆ ਕੇ ਅਸੀਂ ਸੌ ਗਏ ਚੱਲ ਕੋਈ ਗੱਲ ਨਹੀਂ 2-2 ਘੰਟੇ ਬਾਅਦ ਉਹਨਾਂ ਦਾ ਕਾਲ ਆਇਆ ਦੁਬਾਰਾ ਕਿ ਤੁਸੀਂ ਹੁਣ ਆ ਜਾਓ ਹੁਣ ਇੱਕ ਸਵੇਰ ਦੇ 4-5 ਵਜੇ ਇਹ ਸਰੀ ਦੀ ਗੱਲ ਹੈਗੀ ਇਹ ਸਰੀ ਦੀ ਗੱਲ ਤੇ ਮੈਂ ਇੱਥੇ ਸਿਰਫ ਸਰੀ ਨੂੰ ਬਲੇਮ ਨਹੀਂ ਕਰ ਰਹੀ ਪੂਰੇ ਕੈਨੇਡਾ ਦਾ ਸਿਸਟਮ ਹੈ ਇਹੀ ਹਾਲ ਹੈ ਸਾਰੇ ਪਾਸੇ ਉਹ ਤੁਹਾਨੂੰ ਹਸਪੀਟਲ ਵਾਲੇ ਸੀਰੀਅਸ ਲੈਂਦੇ ਹੀ ਨਹੀਂ ਲੈਂਦੇ ਹੈ ਕਿ ਨਹੀਂ ਤੇ ਤੁਹਾਨੂੰ ਪ੍ਰੋਬਲਮ ਕੀ ਆਈ ਸੀ ਕਿ ਤੁਹਾਨੂੰ ਹਸਪੀਟਲ ਜਾਣਾ ਪਿਆ ਕੰਨ ਦੀ ਸੀਗੀ ਪ੍ਰੋਬਲਮ ਬਹੁਤ ਜ਼ਿਆਦਾ ਦਰਦ ਹੋ ਰਿਹਾ ਸੀ ਕੰਨ ਵਿੱਚ ਤੇ ਤੁਸੀਂ ਆਪਣੀ ਮੰਮੀ ਨੂੰ ਨਹੀਂ ਕਰ ਕਾਲ ਕੀਤੀ ਹੈਗੀ ਕਿ ਮੈਨੂੰ ਕੋਈ ਹੋਮ ਰੈਮੇਡੀ ਦੱਸ ਦਿਓ ਉਹ ਸਾਡੇ ਨਾ ਹੁੰਦਾ ਸੀਗਾ ਲਸਣ ਨੂੰ ਉਹਦੇ ਵਿੱਚ ਸਰੋਂ ਦੇ ਤੇਲ ਵਿੱਚ ਹਾਂ ਤੇ ਉਹ ਬੜਾ ਵਧੀਆ ਇਲਾਜ ਹੁੰਦਾ ਬਸ ਫਿਰ ਐਟ ਦ ਐਂਡ ਜਦ ਨਹੀਂ ਕੋਈ ਹੱਲ ਲੱਭਿਆ ਮੇਰੇ ਘਰੇ ਕਾਲ ਕੀਤੀ ਅਸੀਂ ਟੈਨਸ਼ਨ ਕਾਹਨੂੰ ਦੇਣੀਆਂ ਘਰੇ ਆਪਾਂ ਇਹ ਤਾਂ ਗੱਲ ਹੈਗੀ ਆ ਤੇ ਮੈਂ ਵੀ ਸੱਚੀ ਮੈਂ ਤਾਂ ਖੁਦ ਇਥੋਂ ਦੁਖੀ ਆ ਇਥੋਂ ਦੇ ਸਿਸਟਮ ਤੋਂ ਜਿਹੜਾ ਹੈਗਾ ਸਪੈਸ਼ਲੀ ਮੈਡੀਕਲ ਦਾ ਹਾਂਜੀ ਕੋਈ ਹਾਲ ਨਹੀਂ ਹੈਗਾ ਕੋਈ ਹਾਲ ਨਹੀਂ ਤੇ ਜੇ ਤੁਹਾਨੂੰ ਇੱਥੇ MRI ਵਗੈਰਾ ਕੋਈ ਐਦਾਂ ਦੀ ਕਰਾਉਣਾ ਪੈ ਜਾਵੇ ਚੈੱਕਅਪ ਕਿੰਨੀ ਵੱਡੀ ਤੁਹਾਡੀ ਲਾਈਨ ਆਫ ਵੇਟਿੰਗ ਕਿੰਨੀ ਹੈਗੀ ਤੇ ਇੰਡੀਆ ਜੇ ਤੁਹਾਡੇ ਹੱਥ 'ਚ ਪੈਸਾ ਹੈਗਾ ਤੁਸੀਂ ਭਾਵੇਂ ਕੱਲ ਕਰਵਾ ਲਓ ਹੈ ਕਿ ਨਹੀਂ ਤੇ ਨਹੀਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਤੇ ਹੋਰ ਕੋਈ ਮੈਸੇਜ ਪੰਜਾਬ ਦੇ ਲੋਕਾਂ ਲਈ ਤੁਹਾਡਾ ਫਿਲਹਾਲ ਇਸ ਟਾਈਮ 'ਚ ਤਾਂ ਕੈਨੇਡਾ ਨਾ ਆਓ ਜੇ ਇੰਡੀਆ ਵਧੀਆ ਚੱਲ ਰਿਹਾ ਆ ਕੁਛ ਉੱਥੇ ਡਿਗਰੀ ਕਰ ਲਓ ਮੁੜ ਕੇ ਕਿਉਂਕਿ +2 ਕਰਕੇ ਇੱਥੇ PR ਨਹੀਂ ਲੱਗਦੀ ਫਿਰ ਤੁਹਾਨੂੰ ਫਿਰ ਤੋਂ ਮੂਵ ਹੋਣਾ ਹੀ ਪੈਣਾ ਕਿਸੇ ਨਾ ਕਿਸੇ ਪਾਸੇ ਤੇ ਤੁਸੀਂ ਇੰਡੀਆ 2 ਸਾਲ ਪੜ੍ਹ ਲਓ ਫਿਰ ਸਿੱਧਾ PR ਵੀ ਆ ਸਕਦੇ ਹੋ ਤੁਸੀਂ PR ਵੀ ਆ ਸਕਦੇ ਹੋ ਤੇ ਤੁਸੀਂ ਇਹ ਦੱਸੋ ਕਿ ਹੁਣ ਵੀ ਆਪਾਂ ਨੂੰ ਏਜੰਟ ਦੇ ਥਰੂ ਹੀ ਇੱਥੇ ਅਪਲਾਈ ਕਰਨਾ ਪੈਂਦਾ ਜਾਂ ਤੁਸੀਂ ਇੰਡੀਆ ਸਟੂਡੈਂਟ ਆਪਣਾ ਸਿੱਧਾ ਅਪਲਾਈ ਕਰ ਸਕਦੇ ਯੂਨੀਵਰਸਿਟੀਜ਼ ਨੂੰ ਤੁਸੀਂ ਹੁਣ ਤਾਂ ਸਿੱਧਾ ਅਪਲਾਈ ਕਰ ਸਕਦੇ ਹੋ ਹੁਣ ਤਾਂ ਬਹੁਤ ਸਾਰੇ ਐਪ ਵੀ ਹੈਗੇ ਆ ਅਪਲਾਈ ਕਰਨ ਵਾਸਤੇ ਉਹ ਅੱਛਾ ਤੇ ਕਿਉਂਕਿ ਪਹਿਲਾਂ ਹੁਣ ਆਪਾਂ ਕਿੰਨੇ ਸੁਣਦੇ ਆਗੇ ਸਟੂਡੈਂਟਸ ਕਿੰਨਾ ਜ਼ਿਆਦਾ ਫਰਾਡ ਕਰ ਜਾਂਦੇ ਆ ਸਟੂਡੈਂਟਸ ਦੇ ਨਾਲ ਜਿਹੜੇ ਆਪਣੇ ਏਜੰਟਸ ਹੁੰਦੇ ਨੇ ਦੈਟਸ ਰੀਲੀ ਨਾਈਸ ਕਿ ਤੁਸੀਂ ਆ ਵੀ ਇਨਫੋਰਮੇਸ਼ਨ ਸਾਨੂੰ ਦਿੱਤੀ ਹੈ ਤੇ ਹੋਪ ਤੁਹਾਡਾ ਕਹਿੰਦੇ ਹੁਣ ਤੁਸੀਂ ਸਕੁਆਮਿਸ਼ ਵਿੱਚ ਮੂਵ ਹੋਏ ਹੋ ਤੇ ਤੁਹਾਨੂੰ ਛੇਤੀ PR ਮਿਲ ਜਾਏ ਤੇ ਤੁਸੀਂ ਵਾਪਸ ਆਪਣੀ ਜਾ ਕੇ ਫਿਰ ਫੈਮਿਲੀ ਨੂੰ ਮਿਲੋ ਤੇ ਤੁਹਾਡੇ ਨਾਲ ਗੱਲ ਕਰਕੇ ਬਹੁਤ ਜ਼ਿਆਦਾ ਵਧੀਆ ਲੱਗਿਆ ਮੈਨੂੰ ਤੇ ਨੈਕਸਟ ਟਾਈਮ ਕਿਸੇ ਹੋਰ ਇਨਫੋਰਮੇਸ਼ਨ ਦੇ ਨਾਲ ਆਪਾਂ ਮਿਲਾਂਗੇ ਪਰ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਦੱਸਣਾ ਚਾਹੁੰਦੀ ਹਾਂ ਇਹ ਨਾ ਕਦੇ ਸੋਚਿਓ ਕਿ ਮੈਂ ਤੁਹਾਡੇ ਇਸ ਕਰਕੇ ਵੀਡੀਓਜ਼ ਪੋਸਟ ਕਰ ਰਹੀ ਹੈ ਕਿ ਤੁਸੀਂ ਕੈਨੇਡਾ ਨਾ ਆਓ ਤੁਸੀਂ ਜ਼ਰੂਰ ਆਓ ਕੈਨੇਡਾ ਵਿੱਚ ਪਰ ਇਹ ਟਾਈਮ ਬਿਲਕੁਲ ਵੀ ਸਹੀ ਨਹੀਂ ਹੈਗਾ ਪਹਿਲਾਂ ਕੋਵਿਡ ਸੀਗਾ ਹੁਣ ਇਨਫਲੇਸ਼ਨ ਚੱਲ ਰਹੀ ਹੈ ਇੰਨਾ ਕੁਝ ਜ਼ਿਆਦਾ ਬੁਰਾ ਹਾਲ ਹੈ ਇੱਥੇ ਲੋਕਾਂ ਦਾ ਸਾਡੇ ਵਰਗਿਆਂ ਲਈ ਇੱਥੇ ਸਰਵਾਈਵ ਕਰਨਾ ਔਖਾ ਹੈ ਇਹ ਤਾਂ ਫਿਰ ਸਟੂਡੈਂਟ ਨੇ ਜਿਹੜੇ ਵਿਚਾਰੇ ਕਰਜ਼ੇ ਲੈ ਕੇ ਇੱਥੇ ਪਹੁੰਚੇ ਹੋਏ ਨੇ ਤੇ ਇਹਨਾਂ ਦੇ ਪੈਰ ਹੀ ਨਹੀਂ ਲੱਗ ਰਹੇ ਹੈਗੇ ਸੋ ਥਿੰਕ ਟਵਾਈਸ ਜੇ ਤੁਸੀਂ ਕੈਨੇਡਾ ਆਉਣਾ ਹੈ ਐਟਲੀਸਟ 2-3 ਸਾਲ ਤਾਂ ਵੇਟ ਹੀ ਕਰ ਲਓ ਇੱਥੇ ਨੈਕਸਟ ਟਾਈਮ ਫਿਰ ਮਿਲਾਂਗੇ ਉਦੋਂ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਤੇ ਇਹਨਾਂ ਵੱਲੋਂ ਸਤਿ ਸ਼੍ਰੀ ਅਕਾਲ।